Thank you, Jesus. Thank you, Jesus. Thank you, Jesus. Hallelujah. Hallelujah. Thank you, Father. Thank you, Jesus. Hallelujah. Yes. Thank you, Jesus. Thank you. ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਜੈਮਸੀ ਦੀ ਪ੍ਰਭੂ ਜੀ ਦੀ ਹਜ਼ੂਰੀ ਦੇ ਵਿੱਚ ਤੁਹਾਡਾ ਸਵਾਗਤ ਆ ਅਤੇ ਮੈਂ ਯਕੀਨ ਕਰਦੀ ਹਾਂ ਕਿ ਤੁਸੀਂ ਬਿਲਕੁਲ ਠੀਕ ਹੋ, ਰਾਜੀ ਖੁਸ਼ ਹੋ, ਪ੍ਰਭੂ ਦੇ ਅਨੁਗ੍ਰਹਿ ਦੇ ਵਿੱਚ ਹੋ। ਪ੍ਰਭੂ ਦਾ ਫਜ਼ਲ ਤੁਹਾਡੇ ਉੱਤੇ ਆ, ਪ੍ਰਭੂ ਦੀ ਰਹਿਮਤ ਤੁਹਾਡੇ ਉੱਤੇ ਆ। ਔਰ ਸੱਚਮੁੱਚ ਅੱਜ ਦਾ ਦਿਨ ਮੁਬਾਰਕ ਆ। ਹਾਲੇਲੂਇਆ। ਸੋ ਪ੍ਰਭੂ ਤੁਹਾਨੂੰ ਬਹੁਤ ਬਲੈਸ ਕਰਨ ਅੱਜ ਦੇ ਦਿਨ ਵਿੱਚ। ਪ੍ਰਭੂ ਤੁਹਾਡੇ ਅੰਗ ਸੰਗ ਹੋਣ ਔਰ ਪੂਰਾ ਵੀਕ, ਇਹ ਪੂਰਾ ਹਫ਼ਤਾ, ਸੋਮਵਾਰ ਤੋਂ ਲੈ ਕੇ ਐਤਵਾਰ ਤੀਕਰ, ਮੰਡੇ ਤੋਂ ਲੈ ਕੇ ਸੰਡੇ ਤੀਕਰ, ਇਹ ਹਫ਼ਤਾ ਤੁਹਾਡੀਆਂ ਗਵਾਹੀਆਂ ਦੇਣ ਦਾ ਹਫ਼ਤਾ ਹੋਏ, ਤੁਹਾਡੀਆਂ ਗਵਾਹੀਆਂ ਦੇ ਬਣਨ ਦਾ ਹਫ਼ਤਾ ਹੋਏ, ਨਵੇਂ ਨਵੇਂ ਕੰਮ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਣ ਔਰ ਤੁਸੀਂ ਬਲੈਸਡ ਆ। ਹਾਲੇਲੂਇਆ। ਥੈਂਕ ਯੂ ਜੀਸਸ। ਤੁਸੀਂ ਸੱਚਮੁੱਚ ਬਲੈਸਡ ਆ। ਔਰ ਅੱਜ ਮੈਂ ਜ਼ਰੂਰ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਆਪਣੇ ਦਿਨ ਦੀ ਜਿਹੜੀ ਸ਼ੁਰੂਆਤ ਆ ਉਹ ਹਮੇਸ਼ਾ ਆਪਣੀ ਬਲੈਸਿੰਗ ਦੀ ਘੋਸ਼ਣਾ ਕਰਕੇ ਕਰਿਆ ਕਰੋ। ਜਦ ਵੀ ਅਸੀਂ ਉੱਠਦੇ ਹਾਂ ਤਾਂ ਅਸੀਂ ਹੋਲੀ ਸਪਿਰਿਟ ਦਾ ਵੈਲਕਮ ਕਰਨ ਦੇ ਬਾਅਦ, ਹੋਲੀ ਸਪਿਰਿਟ ਨੂੰ ਗ੍ਰੀਟ ਕਰਨ ਦੇ ਬਾਅਦ ਦੇ ਵਿੱਚ, ਮੈਨੂੰ ਪਤਾ ਨਹੀਂ ਤੁਸੀਂ ਆਪਣੀ ਮੋਰਨਿੰਗ ਦੀ ਸ਼ੁਰੂਆਤ ਕਿੱਦਾਂ ਕਰਦੇ ਹਾਂ, ਬਟ ਮੈਂ ਤੁਹਾਨੂੰ ਜ਼ਰੂਰ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਹੋਲੀ ਸਪਿਰਿਟ ਨੂੰ ਗ੍ਰੀਟ ਕਰਿਆ ਕਰੋ, ਪਰਮੇਸ਼ਵਰ ਨੂੰ ਗ੍ਰੀਟ ਕਰੋ ਮੋਰਨਿੰਗ ਦੇ ਵਿੱਚ। ਗ੍ਰੀਟ ਮੀਨ ਕਿ ਤੁਸੀਂ ਜਿੱਦਾਂ ਆਪਾਂ ਇੱਕ ਦੂਜੇ ਨੂੰ ਸਵੇਰ ਨੂੰ ਉੱਠ ਕੇ ਨਮਸਤੇ ਕਰਦੇ ਹਾਂ, ਸਤਿ ਸ਼੍ਰੀ ਅਕਾਲ ਕਰਦੇ ਹਾਂ, ਗੁੱਡ ਮੋਰਨਿੰਗ ਕਰਦੇ ਹਾਂ, ਔਰ ਜੋ ਵੀ ਆਪਣੇ ਕਲਚਰ ਦੇ ਅਕੋਰਡਿੰਗ ਅਸੀਂ ਇੱਕ ਦੂਜੇ ਨੂੰ ਸਵੇਰ ਨੂੰ ਵਿਸ਼ ਕਰਦੇ ਹਾਂ, ਇਸੇ ਤਰੀਕੇ ਦੇ ਨਾਲ ਹੋਲੀ ਸਪਿਰਿਟ ਸਾਡੀ ਲਾਈਫ ਦਾ ਇੱਕ ਅਹਿਮ ਪਰਸਨ ਆ, ਇੱਕ ਅਹਿਮ ਪਰਸਨੈਲਿਟੀ ਆ। ਈਵਨ ਹੀ ਸਪਿਰਿਟ, ਬਟ ਸਾਡੀ ਲਾਈਫ ਦਾ ਇੱਕ ਬੇਜੋੜ ਹਿੱਸਾ ਆ, ਭਾਵੇਂ ਉਹ ਆਤਮਾ ਆ। ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਸਵੇਰੇ ਸਵੇਰ ਹੋਲੀ ਸਪਿਰਿਟ ਨੂੰ ਗੁੱਡ ਮੋਰਨਿੰਗ ਕਰੀਏ ਕਿ ਪਵਿੱਤਰ ਆਤਮਾ ਜੀ, ਅਸੀਂ ਸਾਡੇ ਜੀਵਨ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ, ਔਰ ਅਸੀਂ ਯਕੀਨ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਹੋ ਅਤੇ ਗੁੱਡ ਮੋਰਨਿੰਗ ਕਰੋ ਹੋਲੀ ਸਪਿਰਿਟ ਨੂੰ, ਫਿਰ ਜੀਸਸ ਨੂੰ ਗੁੱਡ ਮੋਰਨਿੰਗ ਕਰੋ, ਆਪਣੇ ਅੱਬਾ ਪਿਤਾ ਸੈਨਾਵਾਂ ਦੇ ਯਹੋਵਾ ਪਰਮੇਸ਼ਵਰ ਨੂੰ ਗੁੱਡ ਮੋਰਨਿੰਗ ਕਰੋ, ਔਰ ਦੈਨ ਫਿਰ ਥੈਂਕਸ ਗਿਵਿੰਗ ਕਿ ਪ੍ਰਭੂ ਜੀ ਤੁਹਾਡਾ ਧੰਨਵਾਦ, ਤੁਸੀਂ ਅੱਜ ਦਾ ਨਵਾਂ ਦਿਨ ਸਾਨੂੰ ਦਿੱਤਾ, ਅੱਜ ਤੱਕ ਸਾਨੂੰ ਸੰਭਾਲ ਕੇ ਰੱਖਿਆ, ਜਿਉਂਦਿਆਂ ਰੱਖਿਆ, ਆਪਣੇ ਫਜ਼ਲ ਹੇਠ, ਕਿਰਪਾ ਹੇਠ ਰੱਖਿਆ। ਪ੍ਰਭੂ ਤੁਸੀਂ ਸਾਨੂੰ ਅੱਜ ਇੱਕ ਫਿਰ ਤੋਂ ਮੌਕਾ ਦਿੱਤਾ ਕਿ ਅਸੀਂ ਚੰਗੇ ਕੰਮ ਕਰ ਸਕੀਏ। ਸੋ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਦਿਨ ਦੀ ਜਿਹੜੀ ਸ਼ੁਰੂਆਤ ਆ ਉਹ ਬੈਸਟ ਪ੍ਰੇਅਰ ਦੇ ਨਾਲ ਕਰ ਸਕਦੇ ਹਾਂ, ਔਰ ਉਹ ਪ੍ਰਾਰਥਨਾ ਜਿਹੜੀ ਸੱਜਰੀ ਸਵੇਰੇ ਸੱਚੀ, ਉਹ ਪ੍ਰਾਰਥਨਾ ਤੁਹਾਡੇ ਜੀਵਨ ਦੇ ਵਿੱਚ ਬਹੁਤ ਬਲੈਸਿੰਗ ਨੂੰ ਲੈ ਕੇ ਆਉਣ ਵਾਲੀ ਆ। ਐਵੇਂ ਹੀ ਹਫੜਾ ਦਫੜੀ 'ਚ ਨਾ ਉੱਠਿਆ ਕਰੋ ਕਿ ਅਲਾਰਮ ਵੱਜ ਗਿਆ ਜੀ, ਛਾਲ ਮਾਰ ਕੇ ਉੱਠੇ, ਚਲੋ ਜੀ ਪਾਓ ਜੁੱਤੀਆਂ, ਭੱਜ ਜਾਓ, ਨਹਾ ਲਓ, ਤਿਆਰ ਹੋ ਲਓ ਅਤੇ ਨਿਕਲੋ ਕੰਮਾਂ 'ਤੇ। ਬੇਸ਼ੱਕ ਆਪਣਾ ਅਲਾਰਮ ਜਿਹੜਾ ਆ ਨਾ ਉਹ ਹੋਰ 15 ਮਿੰਟ ਅਰਲੀ ਲਗਾ ਲਓ, ਅਗਰ ਤੁਸੀਂ 4:30 ਦਾ ਲਗਾਇਆ ਆ ਤਾਂ 4:15 ਦਾ ਲਗਾ ਲਓ, 4:15 ਦਾ ਹੈ ਤਾਂ 4 ਵਜੇ ਦਾ ਲਾ ਲਓ। ਸੋ ਥੋੜ੍ਹਾ ਜਿਹਾ ਆਪਣਾ ਅਲਾਰਮ ਜਿਹੜਾ ਆ ਨਾ ਉਹਨੂੰ ਥੋੜ੍ਹਾ ਐਡਵਾਂਸ ਕਰ ਲਓ, ਕਿਉਂਕਿ ਜਦੋਂ ਤੁਸੀਂ ਉੱਠੋ ਤਾਂ ਤੁਹਾਡੇ ਕੋਲ ਰਸ਼ ਨਾ ਹੋਏ, ਤੁਹਾਨੂੰ ਇਹ ਨਾ ਕਹਿਣਾ ਪਏ ਮੇਰੇ ਕੋਲ ਪ੍ਰਾਰਥਨਾ ਕਰਨ ਦਾ ਟਾਈਮ ਨਹੀਂ ਲੱਗਾ, ਕਿਉਂਕਿ ਪ੍ਰਾਰਥਨਾ ਨਾਲੋਂ ਜ਼ਰੂਰੀ ਕੰਮ ਕੋਈ ਨਹੀਂ ਹੈ। ਜਦੋਂ ਅਸੀਂ ਸਵੇਰੇ ਸਵੇਰੇ ਬਹੁਤ ਕਾਹਲੀ ਦੇ ਵਿੱਚ ਉੱਠਦੇ ਹਾਂ, ਤੁਹਾਨੂੰ ਪਤਾ ਸਾਰਾ ਦਿਨ ਅਸੀਂ ਟਾਇਰਡ ਰਹਿੰਦੇ ਹਾਂ, ਸਾਰਾ ਦਿਨ ਸਾਡੀ ਬੋਡੀ ਟਾਇਰਡ ਰਹਿੰਦੀ ਆ ਕਿ ਅਸੀਂ ਇੱਕਦਮ ਉੱਠੇ, ਪਤਾ ਨਹੀਂ ਕਿੱਥੇ ਜਿੱਦਾਂ ਪਟਾਕਾ ਚੱਲ ਗਿਆ ਅਤੇ ਪਤਾ ਨਹੀਂ ਅਸੀਂ ਕੀ ਉੱਥੇ ਜਾ ਕੇ ਅੱਗ ਬੁਝਾਉਣੀ ਆ। ਆਰਾਮ ਨਾਲ ਉੱਠੋ, ਆਰਾਮ ਨਾਲ ਉੱਠਣ ਦੀ ਆਪਣੀ ਆਦਤ ਬਣਾਓ। ਆਰਾਮ ਨਾਲ ਉੱਠਣ ਦਾ ਮਤਲਬ ਇਹ ਨਹੀਂ ਕਿ 10 ਵਜੇ ਉੱਠੋ, ਆਰਾਮ ਨਾਲ ਉੱਠਣ ਦਾ ਮਤਲਬ ਕਿ ਤੁਸੀਂ ਕਾਹਲੀ ਨਾ ਕਰੋ ਉੱਠਣ ਲੱਗਿਆ। ਉੱਠੋ, ਉੱਠ ਕੇ ਚੌਂਕੜੀ ਵੱਜਦੀ ਹੈ ਤਾਂ ਚੌਂਕੜੀ ਮਾਰ ਕੇ ਬੈਠੋ,
फिर 2 मिनट ली अखां बंद करके, सोना नहीं, एंड पीस ऑफ माइंड हो जाओ। अगर तुसी ये 2-3 मिनट उठन दे बाद जिहड़े तुहाडे पहले आ ना शांति वाले, तुसी इन्हां नूं इंजॉय कर लिया एंड पीस ऑफ माइंड दे विच अखां बंद करके तुसी बैठे आ, एकदम अपने आप नूं रिलैक्स कर रहे हैं, सच्ची मैं तुहानूं कहनी आ तुसी सीसां दिओगे मैनूं तुसी देखोगे कि किन्ना बेस्ट तुहानूं फील होएगा, किन्ना गुड फील होएगा और किन्ना बेस्ट थोड़ी लाइफ दे विच जिहड़ा है वह शुरू हो जाएगा। हालेलुया। और फिर वो 2-4 मिनट रिलैक्स करन दे बाद फिर होली स्पिरिट नूं ग्रीट, थैंक यू, और वो दे बाद दे विच अपने पूरे फैमिली नूं परमेश्वर दे हत्थां विच देना। हालेलुया। और जो परमेश्वर ने सानूं दित्ता उहदे लई धन्नवाद करना। और फिर तुसी उठ के अपने रूटीन दे कम्मां दे लई जिहड़ा आ वो तुसी उठो, ब्रश करो, और जो कुछ भी तुहाडे रूटीन आ तुसी उहनां नूं करो। तुसी सोचदे होंगे कि सानूं इन्हां गल्लां दा पता नहीं, हो सकदा पता होवे, हो सकदा ना ही पता होवे पर एज अ गाइड, एज अ मेंटर, एज अ पास्टर मेरा फर्ज बनता कि मैं थानू जरूर दसा कि जिस तरीके नाल असी परमेश्वर की हजूरी चो शांति नू पाया, सेम उस तरीके दे नाल तुसी भी परमेश्वर की हजूरी चो शांति नू पा सकते हो। देखो परमेश्वर नू पाउणा, परमेश्वर नू महसूस करना, परमेश्वर की हजूरी चो आनंद नू लैना कुछ औखा नहीं है। बहुत लोगों नू लगता कि बहुत डिफिकल्ट टास्क आ, पता नहीं की छड़ना पैना आ, पता नहीं की करना पैना आ। कोई डिफिकल्ट टास्क नहीं आ, एवें भरम भुलेखे पाए आ बहुत सारे लोगों ने, उन्हां भुलेखियां चों निकलो। प्रभु का धन्नवाद, प्रभु ने सानू कढ़िया उन्हां भुलेखियां चों और असी तुहानू कढ़न की कोशिश दे विच आ। कोई औखा नहीं है, बिल्कुल भी औखा नहीं है। सिर्फ ते सिर्फ बुराई तो तौबा करनी है, बस इस गल दा तुसी ध्यान रखियो अपने जीवन दे विच कि बुराई साडे जीवन दे विच नहीं होनी चाहीदी। जो बुराइयां असी पिछे कीतियां आ, जो बुराइयां पिछले समयां च साडे कोलों होईयां, तौबा कर लैणी आ प्रभु यीशु मसीह जी दे नाम च, क्योंकि हर मनुख जिहड़ा है ना वह पापी ते गुनाहगार आ। हर मनुख दे जीवन दे विच कुछ ना कुछ गलत हैगा आ, उन्हें कीता आ कुछ ना कुछ गलत, आपां नूं पता आ साडे जीवन दीआं कमियां दा। तां आपां उह जिहड़ियां बुराइयां कीतियां आ ना उन्हां बुराइयां तों आपां तौबा करनी आ, कि जदों तौबा करनी ना तो उदों भी काली नहीं करनी। याद रखियो इस गल नूं, जदों तौबा करनी किसे एकांत जगह ते बैठो, उस एकांत जगह पर बैठ के तौबा करो और एहसास करो उस वेले कि सचमुच मैं पापी हाँ, मैं गुनाहगार हाँ, मेरे जीवन दे विच काफ़ी अपराध जिहड़े आ मैं कीते आ, अपने माता पिता तो चोरी, भैन भरावां तो चोरी, हसबेंड तो चोरी, वाइफ तो चोरी, किन्नियां तो चोरियां ही कीतियां होंदियां आपां अपने जीवन दे विच, सिर्फ पैसों दियां ही नहीं, ईवन पैसों दियां भी कीतियां होंदियां पर सिर्फ पैसों दियां ही नहीं, होर बहुत सारिया तरह दियां चोरियां होंदियां। ਤਾਂ ਕੋਈ ਚੋਰੀ ਕਿਸੇ ਪਾਸੇ ਨੂੰ ਕਿਸੇ ਹੋਰ ਨੂੰ ਮਿਲਣ ਗਿਆ ਹੁੰਦਾ, ਕੋਈ ਆਪਣੇ ਪੇਰੈਂਟਸ ਤੋਂ ਚੋਰੀ, ਕੋਈ ਆਪਣੇ ਰਿਲੇਟਿਵਸ ਤੋਂ ਚੋਰੀ, ਫਿਰ ਚੁਗਲੀਆਂ ਲਾ ਲਓ, ਫਿਰ ਹੋਰ ਚੁਗਲੀ, ਨਿੰਦਿਆ, ਤਾਂ ਕਿਸੇ ਦੇ ਨਾਲ ਜੈਲਸ, ਇਹ ਸਭ ਅਪਰਾਧ ਹੀ ਆ ਪਰਮੇਸ਼ੁਰ ਦੀ ਨਜ਼ਰ 'ਚ, ਸਾਰੇ ਅਪਰਾਧ ਆ। ਤਾਂ ਅਸੀਂ ਇਹਨਾਂ ਸਾਰੀਆਂ ਗਲਤੀਆਂ ਦੀ ਮਾਫ਼ੀ ਮੰਗਣੀ ਆ। ਕਿੰਨਿਆਂ ਦੇ ਵਿਰੁੱਧ ਆਪਾਂ ਐਵੇਂ ਅਵਾ ਤਵਾ ਬੋਲਿਆ ਹੁੰਦਾ, ਉਹਨਾਂ ਚੀਜ਼ਾਂ ਦੀ ਮਾਫ਼ੀ ਮੰਗਣੀ ਪਰਮੇਸ਼ੁਰ ਤੋਂ, ਔਰ ਇਹ ਤੌਬਾ ਕਰਨੀ ਦਿਲ ਦੀ ਗਹਿਰਾਈ ਤੋਂ, ਮੰਨ ਕੇ ਕਿ ਵਾਕਿਆ ਹੀ ਮੇਰੇ ਤੋਂ ਗਲਤੀਆਂ ਹੋਈਆਂ ਆ, ਅਤੇ ਆਪਣੇ ਦਿਲ ਦੀ ਗਹਿਰਾਈ ਤੋਂ ਇਹ ਵੀ ਕਹਿਣਾ ਕਿ ਪ੍ਰਭੂ ਮੈਂ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਲੈਣਾ ਚਾਹੁੰਦਾ ਹਾਂ, ਮੈਂ ਚਾਹੁੰਦਾ ਤੁਸੀਂ ਮੇਰੇ ਜੀਵਨ ਦੇ ਵਿੱਚ ਆਓ। ਹਾਲੇਲੂਇਆ। ਸੱਦਾ ਦਿਓ ਪਰਮੇਸ਼ੁਰ ਜੀ ਨੂੰ ਆਪਣੇ ਜੀਵਨ ਦੇ ਵਿੱਚ, ਸੱਦਾ ਦਿਓ ਪਵਿੱਤਰ ਆਤਮਾ ਜੀ ਨੂੰ ਆਪਣੇ ਜੀਵਨ ਵਿੱਚ ਕਿ ਪਵਿੱਤਰ ਆਤਮਾ ਜੀ ਮੈਂ ਤੁਹਾਨੂੰ ਆਪਣੇ ਜੀਵਨ 'ਚ ਸੱਦਾ ਦਿੰਦਾ, ਮੇਰਾ ਗਾਈਡ ਬਣੋ। ਔਰ ਸੱਚੀ ਪਵਿੱਤਰ ਆਤਮਾ ਜੀ ਤੁਹਾਡਾ ਗਾਈਡ ਬਣੂੰਗੇ। ਔਰ ਇਹ ਸੱਚੀ ਤੌਬਾ
प्रवान होने दे बाद प्रभु यीशु मसीह नूं अपना मुक्तिदाता स्वीकार करना और फिर जिहड़ा आ असी एक सोहना जीवन जीण की कोशिश विच लगे रहना है कि कोशिश करो कि साढ़े तो किसी दुख ना पहुँचे। कोई जो करता है ये ना सोचो कि मैं ये चंगा क्यों करा, ये जदों करता मेरे लिए बुरा ही करता है, इन्हें तो मेरे नाल कभी चंगा नहीं किया। चंगा ना करना ओदा सुभा है पर चंगा करना तुसी अपना सुभा बनाओ। तुसी उस दे सुभा नूं ना अपनाओ, तुसी अपने सुभा नूं जिहड़ा आ जिहड़ा परमेश्वर ने तुहानूं सुभा दिता है तुसी उस सुभा दे विच वधण दी कोशिश करो। बुराई दे वटे बुराई ना करो, पर वचन च लिखिया बुराई नूं भलाई दे नाल जित लवो। तां असी इस समय दे विच देखो ये समा जिहड़ा है ना सधारण समा नहीं है। तुसी सोचोगे पहलां दे नालों सिस्टर दे जिहड़े रोज़ दे मैसेज ओह चेंज हो रहे आ, बिल्कुल सही तुसी पकड़िया, वाकई मेरे मैसेज जिहड़े आ ओह चेंज हो रहे आ क्योंकि समा भी चेंज हो चुका, समा बदल चुका आ। इसलिए सानूं समय दे नाल नाल बदलना पैंदा आ और समय दे अनुसार सानूं अपने आप दे विच इक चेंज लैके आना चाहीदा, पॉजिटिव चेंज। याद रखो पॉजिटिव चेंज होना चाहिए वह। अरे असी समय के नाल नाल किवें बदलना, तुसी अपने चार चुफेरे देखो, मौतां दी गिणती वध चुकी है, हार्ट अटैक रोज़ दी रोज़ सुनन नूं मिल रहे हैं, लोगों अटैक हो रहे, किसी नूं ब्रेन हैवरेज हो रही है, किसी नूं पैरालाइज दा अटैक आ गया, एक्सीडेंट किन्ने वध चुके आ। अरे बहुत जड़ा है ना बुरा समा शुरू हो चुकिया आ, चार चुफेरे लड़ाइया, अगर नौजवान किसी पार्टी के भी इकट्ठे हो जाए तो लड़ाई के बिना इन्हों को कुछ नहीं आ। तो ये सारे समय के असी की करना आ, असी उस चीज़ नू अपने अंदर जड़ा आ वह पैदा करना और वो यही आ कि असी एक दूजे नू माफ़ करिए, साडे अंदर असी चंगयाई नू वधाइए, बुराई नू खत्म करिए। असी वो क्रोध जड़ा पूरे संसार का नाश कर रहा है क्योंकि हमेशा क्रोध जड़ा है ना नाश ही करता। तुसी देखो अगर घर दे विच क्रोध है तो घर खत्म हो जाएगा, रिश्तों विच क्रोध है तो रिश्ते खत्म हो जाएंगे। इस तरह जो देशों देशों दे विच क्रोध हुंदा है तो देश एक दूजे नू नष्ट करते हैं, फ्रेंड्स दे विच जो क्रोध आता है तो फ्रेंडशिप खत्म हो जाती है। असी उस क्रोध नू अपने अंदर आन नहीं देना जिहड़ा चार चुफेरे विनाश कर रहा है। तो असी एक नवा इंसान बनना है, खुश रहने वाला इंसान, हर वेले चेहरे ते मुस्कुराहट रखने वाला इंसान। मैं तुसी जानते हैं कि इस साल दे विच मैं इंटरनेशनल बहुत ट्रैवल किया और प्रभु की कृपा दे नाल हर साल करीदा है पर इस साल थोड़ा ज़्यादा किया। मैं एक चीज़ नू नोटिस किया उत्थे जिदा मैं इतने वॉक कर रही हूँ, जो असं उ वॉक करने लिए जाते हैं तो जोड़ा भी अगों वॉक करने के लिए आ रहा ना वो एक दूजे को समाइल करते हैं और मॉर्निंग कह के लंघते हैं, इन्होंने कहना हे मॉर्निंग हाउ आर यू, मतलब भावें तुम नहीं जानते फिर भी मैक्सीम लोग 100 चो 90-95 लोग एक दूजे को हैलो हाय करके लंघते हैं, मॉर्निंग करके लंघते हैं, हाल चाल पुछ के लंघते हैं और वो ना कोई फर्क नहीं पैंदा। पर एक सोहना जहा फील आता है, एक सोहना जहा फील, खुशी जी वाला फील जो एक हसदा हुआ चेहरा थोड़े वाल देखता तो थोड़े चेहरे पर भी हासा आ जाता है। सो किसी के हासे का तुसी कारण बनो, किसी के चेहरे की मुस्कुराहट का तुसी कारण बनो। अपने इत्थे की रिवाज है जे मोहरे कोई तुरिया उन्हें नीवी पा के लंघ जाना जां होर तीड़ियां पा लेनियां, आपां इदां दे नहीं पाउंदे। साडा हासा पवित्रताई वाला होना चाहीदा, मशकरी वाला नहीं होना चाहीदा। हाँ एक पवित्रताई नूं अपने मन दे विच रख के एक वाकई एक खुशी तुहाडे अंदर होवे जिहड़ी तुसी दूजियां दे नाल शेयर कर सको तां दूजियां दी मुस्कुराहट का कारण बनो। बहुत लोग इस संसार दे विच जिन्हां दे कोल खुश होण दा कोई रीज़न ही नहीं उन्हां नूं नज़र आउंदा, तुसी रीज़न हो उन्हां दी खुशी दा और तुहाडे जीवन च
ਬਹੁਤ ਰੀਜ਼ਨਸ ਆ। ਸਭ ਤੋਂ ਵੱਡਾ ਰੀਜ਼ਨ ਇਹ ਆ ਕਿ ਪਰਮੇਸ਼ਵਰ ਨੇ ਤੁਹਾਡੇ ਨਾਲ ਪ੍ਰੇਮ ਕੀਤਾ, ਪਰਮੇਸ਼ਵਰ ਨੇ ਤੁਹਾਨੂੰ ਇਸ ਸੰਸਾਰ ਦੀ ਉਲਝਣ 'ਚੋਂ ਬਾਹਰ ਕੱਢਿਆ ਆ, ਚਿੱਕੜ 'ਚੋਂ ਬਾਹਰ ਕੱਢਿਆ, ਔਰ ਪ੍ਰਭੂ ਨੇ ਸਾਨੂੰ ਨਵਾਂ ਜੀਵਨ ਦਿੱਤਾ, ਪ੍ਰਭੂ ਨੇ ਆਪਣੀ ਖੁਸ਼ੀ ਨੂੰ ਸਾਡੇ ਅੰਦਰ ਪਾਇਆ, ਇਸ ਲਈ ਅਸੀਂ ਖੁਸ਼ ਹਾਂ, ਔਰ ਇਸ ਖੁਸ਼ੀ ਨੂੰ ਅਸੀਂ ਦੂਜਿਆਂ ਨਾਲ ਵੰਡਾਂਗੇ, ਔਰ ਉਹ ਖੁਸ਼ੀ ਸਾਡੇ ਚਿਹਰੇ 'ਤੇ ਨਜ਼ਰ ਆਉਣੀ ਚਾਹੀਦੀ ਆ। ਅਗਰ ਅਸੀਂ ਖੁਸ਼ ਹਾਂ ਤਾਂ ਉਹ ਖੁਸ਼ੀ ਸਾਡੇ ਚਿਹਰੇ 'ਤੇ ਝਲਕਣੀ ਚਾਹੀਦੀ ਆ, ਇਸ ਲਈ ਅਸੀਂ ਉਸ ਖੁਸ਼ੀ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਰਹਿਣਾ ਹੈ। ਹਾਲੇਲੂਇਆ। ਅਤੇ ਮੈਂ ਯਕੀਨ ਕਰੂੰ ਕਿ ਤੁਸੀਂ ਜਿੰਨੇ ਵੀ ਰੋਜ਼ ਇਸ ਪ੍ਰੋਗਰਾਮ ਦੇ ਨਾਲ ਜੁੜਨਾ ਸ਼ੁਰੂ ਹੋਏ ਹੋ, ਤੁਸੀਂ ਜ਼ਰੂਰ ਇਸ ਖੁਸ਼ੀ ਨੂੰ ਦੁੱਗਣਾ ਵੰਡਣ ਵਾਲੇ ਹੋਵੋਗੇ, ਔਰ ਮੇਰਾ ਜਿਹੜਾ ਹੁਣ ਲਾਈਵ ਹੋਣ ਦਾ ਰੀਜ਼ਨ ਆ, ਤੁਸੀਂ ਇਹਨੂੰ ਜ਼ਰੂਰ ਸਫਲ ਬਣਾਓਗੇ, ਕਿਉਂਕਿ ਮੈਂ ਪਹਿਲਾਂ ਦੇ ਵਾਂਗ ਨਹੀਂ ਪਰ ਇੱਕ ਇੱਕ ਨਵੀਂ ਆਸ ਦੇ ਨਾਲ ਲਾਈਵ ਹੋਣਾ ਸ਼ੁਰੂ ਹੋਈ ਹਾਂ। ਉਹ ਆਸ ਇਹੀ ਆ ਕਿ ਜਗਤ ਦੇ ਵਿੱਚ ਪਰਮੇਸ਼ਵਰ ਦੇ ਆਨੰਦ ਨੂੰ ਜਿਹੜਾ ਉਹ ਫੈਲਾਇਆ ਜਾਏ, ਪਰਮੇਸ਼ਵਰ ਦੀ ਦਿੱਤੀ ਹੋਈ ਖੁਸ਼ੀ ਨੂੰ ਜਗਤ ਦੇ ਸਾਹਮਣੇ ਜ਼ਾਹਿਰ ਕੀਤਾ ਜਾਏ, ਇੱਕ ਬਦਲਿਆ ਹੋਇਆ ਇਨਸਾਨ ਬਣ ਕੇ ਅਸੀਂ ਪਰਮੇਸ਼ਵਰ ਦੇ ਕੰਮਾਂ ਨੂੰ ਸਾਡੀ ਜ਼ਿੰਦਗੀ ਦੇ ਕੰਮਾਂ ਦੇ ਰਾਹੀਂ ਰੀਪ੍ਰੈਜ਼ੈਂਟ ਕਰ ਸਕੀਏ, ਉਹ ਖੁਸ਼ੀਆਂ ਜੋ ਪਰਮੇਸ਼ਵਰ ਨੇ ਸਾਨੂੰ ਦਿੱਤੀਆਂ ਅਸੀਂ ਉਹ ਖੁਸ਼ੀਆਂ ਵੰਡ ਸਕੀਏ। ਤਾਂ ਹੱਸਦੇ ਰਹਿਣਾ, ਖੁਸ਼ ਰਹਿਣਾ, ਕਿਉਂਕਿ ਜਦੋਂ ਅਸੀਂ ਖੁਸ਼ ਰਹਿੰਦੇ ਅਸੀਂ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਹਾਂ, ਜਦੋਂ ਅਸੀਂ ਖੁਸ਼ ਰਹਿੰਦੇ ਅਸੀਂ ਕਲੇਸ਼ ਤੋਂ ਬਚੇ ਰਹਿੰਦੇ ਹਾਂ। ਹਾਲੇਲੂਇਆ। ਔਰ ਦੂਜੀ ਗੱਲ, ਹਰ ਰੋਜ਼ ਪਾਪ ਤੋਂ ਤੌਬਾ ਕਰੋ, ਹਰ ਰੋਜ਼ ਪਾਪ ਤੋਂ ਤੌਬਾ ਕਰੋ। ਸਵੇਰ ਨੂੰ ਪ੍ਰਾਰਥਨਾ ਕਰੋ ਕਿ ਪ੍ਰਭੂ ਜੀ ਮੈਂ ਪਾਪ ਨਹੀਂ ਕਰਨਾ ਚਾਹੁੰਦਾ, ਮੈਨੂੰ ਹਰ ਬੁਰਾਈ ਤੋਂ ਬਚਾ ਕੇ ਰੱਖਿਓ, ਪ੍ਰਭੂ ਮੈਂ ਚਾਹੁੰਦਾ ਤੁਹਾਡਾ ਆਤਮਾ ਮੇਰੀ ਮਦਦ ਕਰੇ, ਅੱਜ ਦਿਨ ਵਿੱਚ ਮੇਰੇ ਤੋਂ ਇੱਕ ਵੀ ਬੁਰਾ ਕੰਮ ਨਾ ਹੋਵੇ, ਮੈਂ ਸਾਰੇ ਚੰਗੇ ਕੰਮ ਕਰ ਸਕਾਂ, ਮੇਰੇ ਕੰਮਾਂ ਦੇ ਵਿੱਚ ਮੇਰੀ ਮਦਦ ਕਰਨਾ, ਜਿੰਨੇ ਵੀ ਬੁਰੇ ਕੰਮ ਮੇਰੇ ਤੋਂ ਹੋਣ ਲੱਗਣ ਤੁਹਾਡਾ ਆਤਮਾ ਮੈਨੂੰ ਰੋਕੇ, ਅਤੇ ਮੈਂ ਆਤਮਾ ਦੀ ਆਵਾਜ਼ ਨੂੰ ਸੁਣ ਕੇ ਰੁਕ ਜਾਵਾਂ। ਔਰ ਫਿਰ ਪ੍ਰਾਰਥਨਾ ਕਰੋ ਪਰਮੇਸ਼ਵਰ ਦੇ ਅੱਗੇ ਕਿ ਪ੍ਰਭੂ ਅੱਜ ਮੇਰੀ ਰੋਜ਼ੀ ਰੋਟੀ ਕਮਾਉਣ ਦੇ ਵਿੱਚ ਮੇਰੀ ਮਦਦ ਕਰੋ, ਪ੍ਰਭੂ ਮੈਨੂੰ ਪਹਿਲਾਂ ਨਾਲੋਂ ਵੱਧ ਬਲ ਦਿਓ ਕਿ ਅੱਜ ਜੋ ਵੀ ਕੰਮ ਮੈਂ ਆਪਣੇ ਪਰਿਵਾਰ ਦੇ ਲਈ, ਆਪਣੇ ਲਈ, ਆਪਣੇ ਸੋਸਾਇਟੀ ਦੇ ਲਈ ਕਰਾਂ, ਤਾਂ ਉਹਨਾਂ ਸਾਰੇ ਕੰਮਾਂ 'ਚ ਮੇਰੇ ਪ੍ਰਭੂ ਤੁਹਾਡੀ ਸ਼ਾਂਤੀ ਅਤੇ ਕਿਰਪਾ ਸ਼ਾਮਿਲ ਹੋਵੇ। ਪ੍ਰਭੂ ਜਦੋਂ ਅੱਜ ਅਸੀਂ ਘਰੋਂ ਬਾਹਰ ਜਾਈਏ ਤਾਂ ਸਾਡੇ ਰਾਹਾਂ ਦੇ ਵਿੱਚ ਨਿਗਹਿਬਾਨੀ ਕਰਨਾ, ਸਵਰਗੀ ਦੂਤਾਂ ਦੇ ਪਹਿਰੇ ਲੱਗਣ ਸਾਡੇ ਰਾਹਾਂ ਦੇ ਵਿੱਚ, ਇਸ ਰੀਤੀ ਦੇ ਨਾਲ ਤੁਸੀਂ ਪ੍ਰਾਰਥਨਾ ਕਰਨੀ ਹੈ। ਔਰ ਰਾਤ ਨੂੰ, ਸ਼ਾਮ ਨੂੰ ਫਿਰ ਤੋਂ ਤੌਬਾ ਦੀ ਪ੍ਰਾਰਥਨਾ ਜ਼ਰੂਰ ਕਰਨੀ ਹੈ, ਧੰਨਵਾਦ ਦੀ ਪ੍ਰਾਰਥਨਾ ਕਰਨੀ ਕਿ ਪ੍ਰਭੂ ਜੀ ਧੰਨਵਾਦ, ਤੁਸੀਂ ਸਾਰਾ ਦਿਨ ਸਾਨੂੰ ਸੰਭਾਲ ਕੇ ਰੱਖਿਆ, ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ, ਇਸ ਵੇਲੇ ਤੱਕ ਅਸੀਂ ਜਿਉਂਦੇ ਹਾਂ, ਰਾਜੀ ਖੁਸ਼ ਅਸੀਂ ਘਰ ਪਹੁੰਚੇ, ਆਪਣੇ ਪਰਿਵਾਰ ਦੇ ਵਿੱਚ ਹਾਂ, ਧੰਨਵਾਦ ਕਰਨਾ। ਔਰ ਉਸ ਦੇ ਬਾਅਦ ਫਿਰ ਤੌਬਾ ਕਰਨੀ ਕਿ ਅਗਰ ਮੇਰੇ ਕਰਕੇ ਕਿਸੇ ਦਾ ਦਿਲ ਦੁਖਿਆ ਆ ਤਾਂ ਖੁਦਾਵੰਦ ਜੀ ਮੈਂ ਮਾਫ਼ੀ ਮੰਗਦਾ ਹਾਂ, ਖੁਦਾਵੰਦ ਖੁਦਾ ਅਗਰ ਮੇਰੇ ਕਰਕੇ ਕਿਸੇ ਦਾ ਕੋਈ ਵੀ ਨੁਕਸਾਨ ਹੋਇਆ ਆ ਤਾਂ ਪ੍ਰਭੂ ਮੈਂ ਮਾਫ਼ੀ ਮੰਗਦਾ ਹਾਂ, ਔਰ ਮੇਰੀ ਦੁਆ ਆ ਕਿ ਅੱਗੇ ਤੋਂ ਮੈਂ ਕਿਸੇ ਦੇ ਨੁਕਸਾਨ ਦਾ ਕਾਰਨ ਨਾ ਬਣਾ ਪਰ ਮੈਂ ਉਹਦੇ ਫਾਇਦੇ ਦਾ ਕਾਰਨ ਬਣਾ। ਪ੍ਰਭੂ ਤੁਸੀਂ ਮੈਨੂੰ ਬਲੈਸ ਕਰੋ, ਪ੍ਰਭੂ ਮੈਂ ਕਿਸੇ ਦੀ ਮੁਸਕਰਾਹਟ ਦਾ ਕਾਰਨ ਬਣਾ। ਤੌਬਾ ਕਰੋ ਕਿ ਅਗਰ ਮੈਂ ਕੋਈ ਚੋਰੀ ਕੀਤੀ ਆ, ਜਦੋਂ ਵੀ ਤੁਹਾਨੂੰ ਆਪਣੀ ਗਲਤੀ ਯਾਦ ਆਵੇ ਨਾ, ਅਗਰ ਦੁਪਹਿਰ ਦੇ ਸਮੇਂ ਵੀ ਤੁਹਾਨੂੰ ਆਪਣੀ ਕੋਈ ਗਲਤੀ ਯਾਦ ਆ ਗਈ ਆ ਤਾਂ ਉਸੇ ਵੇਲੇ ਕਨਫੈਸ ਕਰੋ, ਉਸੇ ਵੇਲੇ ਤੌਬਾ ਕਰੋ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਕਿ ਪ੍ਰਭੂ ਸੱਚਮੁੱਚ ਇਹ ਮੇਰੇ ਲਈ ਗਲਤ ਆ, ਮੈਨੂੰ ਨਹੀਂ ਕਰਨਾ ਚਾਹੀਦਾ ਸੀ, ਪਰ ਤੁਸੀਂ ਬਖਸ਼ਣਹਾਰ ਪਰਮੇਸ਼ੁਰ ਆ, ਪ੍ਰਭੂ ਮੇਰਾ ਗੁਨਾਹ ਮੈਨੂੰ ਬਖਸ਼ ਦਿਓ ਅਤੇ ਪ੍ਰਭੂ ਮੈਨੂੰ ਸਹੀ ਰਾਹ 'ਤੇ ਚੱਲਣਾ ਸਿਖਾਓ, ਮੈਂ ਸਹੀ ਰਸਤੇ 'ਤੇ ਚੱਲਣਾ ਚਾਹੁੰਦਾ ਹਾਂ। ਔਰ ਦੋ ਪੇਜ ਬਾਈਬਲ ਜ਼ਰੂਰ ਪੜ੍ਹੋ, ਬਚਨ ਜ਼ਰੂਰ ਪੜ੍ਹੋ, ਕੁਛ ਜ਼ਬੂਰਾਂ ਨੂੰ ਆਪਣੀ ਸਪਲੀਮੈਂਟਸ ਦੇ ਵਾਂਗ ਯੂਜ਼ ਕਰੋ, ਲਾਈਕ ਬਰਕਤ ਵਾਲੇ ਜ਼ਬੂਰ ਜਿਹੜੇ ਆ ਉਹਨਾਂ ਨੂੰ ਪੜ੍ਹੋ, ਤੁਸੀਂ ਪ੍ਰੋਟੈਕਸ਼ਨ ਵਾਲੇ ਜ਼ਬੂਰਾਂ ਨੂੰ ਪੜ੍ਹੋ, ਆਪਣੀ ਆਦਤ ਬਣਾਓ, ਆਪਣੇ ਬੱਚਿਆਂ ਨੂੰ ਸਿਖਾਓ, ਔਰ ਰੋਜ਼ ਨਵਾਂ ਬਚਨ ਜ਼ਰੂਰ ਪੜ੍ਹੋ। ਕਿਸੇ ਇੱਕ ਬੁੱਕ ਨੂੰ ਸ਼ੁਰੂ ਕਰ ਲਓ ਬਾਈਬਲ ਦੇ ਵਿੱਚੋਂ, ਜਿਹੜੀ ਅਜੇ ਤੱਕ ਨਹੀਂ ਪੜ੍ਹੀ ਤਾਂ ਰੋਜ਼ ਉਹਦੇ 3-4 ਪੇਜ਼ ਜਿਹੜੇ ਆ ਉਹ ਜ਼ਰੂਰ ਪੜ੍ਹੋ, ਕੋਸ਼ਿਸ਼ ਕਰੋ ਉਸ ਸਟੋਰੀ ਨੂੰ ਕੰਪਲੀਟ ਕਰਨ ਦੀ। ਔਰ ਇਹ ਤੁਸੀਂ ਦੇਖਿਓ ਇੱਦਾਂ ਕਰਦਿਆਂ ਕਰਦਿਆਂ ਤੁਸੀਂ ਪੂਰੀ ਬਾਈਬਲ ਨੂੰ ਜਿਹੜਾ ਆ ਉਹ ਪੜ੍ਹ ਵੀ ਲਓਗੇ ਔਰ ਸਮਝ ਵੀ ਲਓਗੇ, ਕਿਉਂਕਿ ਜਦੋਂ ਤੁਸੀਂ ਇੰਟਰਸਟ ਲੈ ਕੇ ਪੜ੍ਹੋਗੇ ਤਾਂ ਫਿਰ ਬਹੁਤ ਈਜ਼ੀਲੀ
ਲੋਕਾਂ ਨੂੰ ਜਿਹੜਾ ਆ ਉਹ ਸਮਝ ਵੀ ਆ ਜਾਏਗਾ। ਤਾਂ ਮੈਂ ਯਕੀਨ ਕਰਦੀ ਹਾਂ ਕਿ ਇਸ ਰੀਤੀ ਦੇ ਨਾਲ ਆਪਾਂ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜਾ ਆ ਉਹ ਅੱਗੇ ਵੱਧ ਸਕਦੇ ਹਾਂ, ਕਿਉਂਕਿ ਆਉਣ ਵਾਲਾ ਸਮਾਂ ਐਵਰੀ ਡੇ ਭਿਆਨਕ ਹੋ ਰਿਹਾ, ਐਵਰੀ ਡੇ ਭਿਆਨਕ ਹੋ ਰਿਹਾ। ਅਗਰ ਤੁਸੀਂ ਰੈਗੂਲਰ ਇਸ ਚੈਨਲ ਦੇ ਉੱਤੇ ਆਉਣ ਵਾਲੇ ਆ ਤਾਂ ਤੁਹਾਨੂੰ ਯਾਦ ਹੋਏਗਾ ਮੈਂ ਵਾਰਨਿੰਗ ਦਿੱਤੀਆਂ ਸੀਗੀਆਂ ਪਰਮੇਸ਼ੁਰ ਦੇ ਆਤਮਾ ਤੋਂ ਸੁਣ ਕੇ ਕਿ ਅਰਥਕੁਏਕ ਆਉਣ ਵਾਲੇ ਆ, ਅਰ ਕੰਟੀਨਿਊ ਆਉਣਗੇ, ਲਗਾਤਾਰ ਆਉਣਗੇ। ਤੁਸੀਂ ਦੇਖੋ ਨੇਪਾਲ ਵਿੱਚ ਕੀ ਹੋਇਆ, ਅਰ ਉਹਦੇ ਨਾਲ ਨਾਲ ਦਿੱਲੀ ਵਿੱਚ ਤਾਂ ਬਹੁਤ ਵਾਰੀ ਆ ਚੁੱਕੇ ਆ ਅਰਥਕੁਏਕ, ਪਰ ਬਹੁਤ ਵੱਡੇ ਲੈਵਲ 'ਤੇ ਵੀ ਦੂਜੀਆਂ ਕੰਟਰੀਜ਼ ਦੇ ਵਿੱਚ ਜਿਹੜੇ ਆ ਉਹ ਅਰਥਕੁਏਕਸ ਆ ਚੁੱਕੇ ਆ। ਹਾਲੇ ਇੱਕ ਬਹੁਤ ਵੱਡਾ ਅਰਥਕੁਏਕ ਵੇਟ ਕਰ ਰਿਹਾ ਆ। ਪ੍ਰਭੂ ਮਾਫ਼ ਕਰੇ, ਪ੍ਰਭੂ ਬਚਾਉਣ ਸਾਨੂੰ ਉਸ ਦੁਰਘਟਨਾ ਤੋਂ। ਵੈਰੀ ਨਹੀਂ ਚਾਹੁੰਦਾ ਕਿ ਐਡਵਾਂਸ ਦੇ ਵਿੱਚ ਕਿਸੇ ਨੂੰ ਪਰਮੇਸ਼ੁਰ ਦੇ ਵਚਨ ਦੀ ਸਮਝ ਆਏ ਜਾਂ ਐਡਵਾਂਸ 'ਚ ਵਾਰਨਿੰਗ ਮਿਲੇ ਅਤੇ ਲੋਕ ਤੌਬਾ ਕਰਨ ਅਤੇ ਬਚਾਏ ਜਾਣ। ਸੋ ਬਹੁਤ ਹੀ ਸੰਸਾਰ ਦੇ ਉੱਤੇ ਆਫ਼ਤ ਦੇ ਬੱਦਲ ਜਿਹੜੇ ਆ ਉਹ ਮੰਡਰਾ ਰਹੇ ਆ। ਬਹੁਤ ਵੱਡੀ ਵੱਡੀ ਆਫ਼ਤ ਜਿਹੜੀ ਆ ਨਾ ਉਹ ਤਿਆਰ ਆ, ਐਨੀ ਟਾਈਮ ਹੈਪਨ ਹੋ ਸਕਦੀ ਆ। ਪਰ ਜੇ ਆਪਾਂ ਪਰਮੇਸ਼ੁਰ ਦੇ ਵਿੱਚ ਹੋਵਾਂਗੇ ਤਦ ਹੀ ਸਾਡੇ ਉੱਤੇ ਪਰਮੇਸ਼ੁਰ ਦੀ ਦਇਆ ਹੋਏਗੀ, ਤਦ ਹੀ ਸਾਡੇ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਏਗੀ। ਔਰ ਮੈਂ ਯਕੀਨ ਕਰਦੀ ਹਾਂ ਕਿ ਤੁਸੀਂ ਬਚਾਏ ਜਾਓਗੇ, ਤੁਸੀਂ ਉਸ ਆਫ਼ਤ ਦੇ ਵਿੱਚ ਗਿਰੋਗੇ ਨਹੀਂ, ਤੁਸੀਂ ਉਸ ਆਫ਼ਤ ਦੇ ਵਿੱਚ ਡਿੱਗੋਗੇ ਨਹੀਂ। ਉਹ ਆਫ਼ਤ ਤੁਹਾਡਾ ਕੁਛ ਨਾ ਵਿਗਾੜ ਸਕੇਗੀ, ਕਿਉਂਕਿ ਅਸੀਂ ਪਰਮੇਸ਼ੁਰ ਦੇ ਬੇਟੇ ਬੇਟੀਆਂ ਹਾਂ। ਹਾਲੇਲੂਇਆ। ਔਰ ਸਾਡੀ ਪ੍ਰੀਤ ਪਰਮੇਸ਼ੁਰ ਦੇ ਨਾਲ ਜਿਹੜੀ ਆ ਉਹ ਗੂੜੀ ਹੋ ਰਹੀ ਆ। ਬਹੁਤ ਸਾਰੇ ਅਪਡੇਟਸ ਆ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ, ਪਰ ਇੱਕ ਦੋ ਦਿਨ ਆਪਾਂ ਹੋਰ ਵੇਟ ਕਰਾਂਗੇ। ਔਰ ਤੁਸੀਂ ਕੋਸ਼ਿਸ਼ ਕਰੋ ਕਿ ਇਸ ਮੋਰਨਿੰਗ ਦਾ ਜਿਹੜਾ ਲਾਈਵ ਸੈਸ਼ਨ ਆ ਤੁਸੀਂ ਮੈਕਸੀਮਮ ਲੋਕਾਂ ਦੇ ਨਾਲ ਇਹਨੂੰ ਸ਼ੇਅਰ ਕਰ ਸਕੋ, ਤਾਂ ਜੋ ਉਹ ਵੀ ਫਿਰ ਤੋਂ ਉਹਨਾਂ ਦੀ ਰੂਟੀਨ ਬਣ ਜਾਏ ਕਿ ਸਵੇਰੇ ਸਵੇਰੇ ਪਰਮੇਸ਼ੁਰ ਦੇ ਨਾਲ ਜੁੜਨਾ, ਪਰਮੇਸ਼ੁਰ ਦੀ ਆਰਾਧਨਾ ਕਰਨਾ, ਵਚਨ ਦੇ ਵਿੱਚੋਂ ਸਿੱਖਣਾ, ਔਰ ਵੱਧ ਤੋਂ ਵੱਧ ਲੋਕਾਂ ਤੋਂ ਉਹ ਜਿਹੜਾ ਮੈਸੇਜ ਆ ਫਿਰ ਉਹ ਜਾ ਸਕੇਗਾ। ਐਵਰੀ ਡੇ ਅਪਡੇਟ ਜਿਹੜੇ ਆ ਨਾ ਆਉਣ ਵਾਲੇ ਸਮੇਂ ਦੇ ਅਪਡੇਟ, ਔਰ ਰੈਗੂਲਰ ਲਾਈਫ ਦੇ ਵਿੱਚ ਸਾਨੂੰ ਕਿੱਦਾਂ ਅੱਗੇ ਵੱਧ ਕੇ ਅਸੀਂ ਪਰਮੇਸ਼ੁਰ ਦੇ ਵਿੱਚ ਵਧਣਾ ਆ, ਪਰਮੇਸ਼ੁਰ ਦੇ ਨੇੜੇ ਜਾਣਾ ਆ, ਤੁਸੀਂ ਉਹਨਾਂ ਚੀਜ਼ਾਂ ਨੂੰ ਲੈ ਸਕੋਗੇ। ਸੋ ਮੈਂ ਯਕੀਨ ਕਰਦੀ ਹਾਂ ਕਿ ਤੁਸੀਂ ਸਮਝ ਚੁੱਕੇ ਹੋ ਕਿ ਪਰਮੇਸ਼ੁਰ ਦੇ ਨੇੜੇ ਜਾਣਾ ਔਖਾ ਨਹੀਂ ਆ, ਬਸ ਅਸੀਂ ਆਪਣੀਆਂ ਆਦਤਾਂ ਨੂੰ ਸੁਧਾਰਨਾ ਆ, ਅਸੀਂ ਪ੍ਰੇਮ ਵਿੱਚ ਬੁਲੰਦ ਹੋਣਾ ਆ, ਸਾਡੇ ਅੰਦਰਲੀ ਖੁਸ਼ੀ ਨੂੰ ਅਸੀਂ ਦੂਜਿਆਂ ਦੇ ਨਾਲ ਵੰਡਣਾ ਆ। ਸਿਰਫ ਇੱਕੋ ਗੱਲ ਦਾ ਧਿਆਨ ਰੱਖਣਾ ਕਿ ਸਾਡੇ ਤੋਂ ਕੋਈ ਪਾਪ ਨਾ ਹੋ ਜਾਵੇ, ਆਪਣੀ ਜ਼ਿੰਦਗੀ ਨੂੰ ਇੰਜੋਏ ਕਰੋ ਕਿਉਂਕਿ ਇਹ ਤੁਹਾਨੂੰ ਬਾਰ ਬਾਰ ਨਹੀਂ ਮਿਲਣ ਵਾਲੀ। ਆਪਣੇ ਬੱਚਿਆਂ ਦੇ ਨਾਲ ਬਹੁਤ ਰੂਡ ਨਾ ਹੋਵੋ, ਹਾਰਸ਼ ਨਾ ਹੋਵੋ, ਬਹੁਤ ਸਖਤ ਨਾ ਹੋਵੋ ਆਪਣੇ ਬੱਚਿਆਂ ਦੇ ਨਾਲ, ਕਿਉਂਕਿ ਜਿੱਦਾਂ ਤੁਹਾਡੇ ਕੋਲ ਇੱਕੋ ਜੀਵਨ ਹੈ ਨਾ ਤੁਹਾਡੇ ਬੱਚਿਆਂ ਕੋਲ ਵੀ ਇੱਕੋ ਜੀਵਨ ਆ। ਪ੍ਰੇਮ ਨਾਲ ਉਹਨਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰੋ, ਪ੍ਰੇਮ ਦੇ ਨਾਲ ਤੁਸੀਂ ਉਹਨਾਂ ਦੇ ਜੀਵਨ ਦੇ ਵਿੱਚ ਆਪਣਾ ਇੱਕ ਅਹਿਮ ਸਥਾਨ ਬਣਾਵੋ, ਔਰ ਆਪਣੀ ਫੈਮਿਲੀ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰੋ। ਬਸ ਪਾਪ ਨਾ ਕਰੋ, ਕੋਈ ਵੀ ਕੰਮ ਕਰਨ ਲੱਗੇ ਇਸ ਚੀਜ਼ ਦਾ ਧਿਆਨ ਰੱਖੋ ਇਹ ਪਾਪ ਤਾਂ ਨਹੀਂ ਆ, ਕਿ ਇਹ ਮੇਰੇ ਪਰਮੇਸ਼ੁਰ ਨੂੰ ਪਸੰਦ ਆਏਗਾ। ਜਿਨ੍ਹਾਂ ਲੋਕਾਂ ਦੇ ਵਿੱਚ ਮੈਂ ਖੜ੍ਹਾ ਹਾਂ, ਅਗਰ ਪਰਮੇਸ਼ੁਰ ਮੈਨੂੰ ਦੇਖਣ ਕਿ ਮੈਂ ਆਪਣੇ ਪਰਮੇਸ਼ੁਰ ਨੂੰ ਇਹਨਾਂ ਲੋਕਾਂ ਵਿੱਚ ਖੜ੍ਹਾ ਹੋਇਆ ਪਸੰਦ ਆ ਜਾਵਾਂਗਾ, ਜੋ ਮੈਂ ਖਾ ਪੀ ਰਿਹਾ ਹਾਂ ਕਿ ਮੇਰੇ ਪਰਮੇਸ਼ੁਰ ਨੂੰ ਇਹ ਪਸੰਦ ਆ, ਜਿਹੜਾ ਮੈਂ ਕੰਮ ਕਰ ਰਿਹਾ ਹਾਂ ਕਿ ਇਹ ਕੰਮ ਮੇਰੇ ਪਰਮੇਸ਼ੁਰ ਨੂੰ ਪਸੰਦ ਆ, ਸਿਰਫ ਇੰਨਾ ਜਿਹਾ ਗੌਰ ਕਰਨਾ। ਅਗਰ ਤੁਸੀਂ ਇਹ ਗੌਰ ਕੀਤਾ ਔਰ ਵਾਕਈ ਤੁਸੀਂ ਪਰਮੇਸ਼ੁਰ ਦੀ ਪਸੰਦ ਦੇ ਕੰਮ ਕਰਦੇ ਰਹੇ, ਦੁਨੀਆ ਅਤੇ ਅਸਮਾਨ ਦੀ ਕੋਈ ਤਾਕਤ ਨਹੀਂ ਜਿਹੜੀ ਤੁਹਾਨੂੰ ਤੁਹਾਡੇ ਪਰਮੇਸ਼ੁਰ ਤੋਂ ਦੂਰ ਕਰ ਸਕੇ, ਕਿਉਂਕਿ ਪਰਮੇਸ਼ੁਰ ਦੀ ਇਹੀ ਇੱਛਾ ਆ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਨੂੰ ਪੂਰੀਆਂ ਕਰੀਏ। ਹਾਲੇਲੂਇਆ। ਇਹੀ ਪਰਮੇਸ਼ੁਰ ਦੀ ਇੱਛਾ ਆ। ਤਾਂ
क्योंकि जदों असीं गौर करांगे ना कि असीं किन्हां लोकां च बैठे हाँ, क्योंकि वचन दे विच लिखा टेढ़ी पीढ़ी तो परे रहो, तो जदों असीं देखांगे कि असीं टेढ़ी पीढ़ी दे लोकां नाल तां नहीं बैठे। टेढ़ी पीढ़ी कहड़ी आ? जिहड़ी परमेश्वर दी होंद नूं नहीं मनदी, जिहड़ी साडे परमेश्वर दे विरुद्ध मूंह खोलदी आ, जिहड़ी सानूं परमेश्वर दे विच अग्गे वधण तों रोकदी, जिहड़े सानूं कहिंदे प्रार्थना ना करिया कर, ਉਹ ਲੋਕ ਜਿਹੜੇ ਸਾਨੂੰ ਕਹਿੰਦੇ ਰੱਬ ਨਹੀਂ ਹੁੰਦਾ, ਉਹ ਲੋਕ ਜਿਹੜੇ ਸਾਨੂੰ ਕਹਿੰਦੇ ਐਵੇਂ ਕਿ ਤੂੰ ਸਾਰਾ ਦਿਨ ਬਾਈਬਲ ਹੀ ਪੜ੍ਹਦਾ ਰਹਿੰਦਾ, ਕਿ ਤੂੰ ਸਾਰਾ ਦਿਨ ਰੱਬ ਦੀਆਂ ਹੀ ਗੱਲਾਂ ਕਰਦਾ ਰਹਿੰਦਾ, ਇਹੋ ਜਿਹੇ ਲੋਕਾਂ ਦੇ ਕੋਲ ਨਹੀਂ ਬਹਿਣਾ। ਉਹ ਲੋਕ ਜਿਹੜੇ ਵਿਭਚਾਰ ਕਰਦੇ ਆ, ਉਹ ਲੋਕ ਜਿਹੜੇ ਠੱਗੀਆਂ ਮਾਰਦੇ ਆ, ਉਹ ਲੋਕ ਜਿਹੜੇ ਕਿਸੇ ਦੀ ਵਿਪਤਾ 'ਤੇ ਹੱਸਦੇ ਆ, ਉਹਨਾਂ ਲੋਕਾਂ ਦੇ ਨਾਲ ਨਹੀਂ ਬਹਿਣਾ। ਖਾਣ ਪੀਣ ਲੱਗਿਆਂ ਚੈੱਕ ਕਰਨ ਤੋਂ ਮਤਲਬ ਕਿ ਜਦੋਂ ਤੁਸੀਂ ਖਾਓ ਪੀਓ ਤਾਂ ਤੁਸੀਂ ਦੇਖੋ ਕਿ ਮੇਰੇ ਪਰਮੇਸ਼ੁਰ ਨੂੰ ਪਸੰਦ ਆ, ਕਿਉਂਕਿ ਜੇ ਤੁਸੀਂ ਮੰਨ ਲਓ ਸ਼ਰਾਬ ਪੀ ਰਹੇ ਹੋ, ਤੁਸੀਂ ਉਸ ਵੇਲੇ ਸੋਚੋ ਕਿ ਮੇਰੇ ਪਰਮੇਸ਼ੁਰ ਨੂੰ ਪਸੰਦ ਆ, ਤਾਂ ਡੈਫੀਨੇਟਲੀ ਤੁਹਾਡੇ ਅੰਦਰੋਂ ਆਵਾਜ਼ ਆਏਗੀ ਕਿ ਨਹੀਂ, ਇਹ ਤੇਰੇ ਪਰਮੇਸ਼ੁਰ ਨੂੰ ਨਹੀਂ ਪਸੰਦ। ਤੁਸੀਂ ਕੋਈ ਹੋਰ ਨਸ਼ਾ ਕਰ ਰਹੇ ਹੋ ਤਾਂ ਪਰਮੇਸ਼ੁਰ ਦਾ ਆਤਮਾ ਤੁਹਾਡੇ ਅੰਦਰੋਂ ਕਹੇਗਾ ਨਹੀਂ, ਇਹ ਪਰਮੇਸ਼ੁਰ ਨੂੰ ਪਸੰਦ ਨਹੀਂ ਆ। ਬਾਕੀ ਤੁਸੀਂ ਅੱਛਾ ਖਾਣਾ ਖਾ ਰਹੇ ਹੋ, ਤੁਸੀਂ ਪੀਜ਼ੇ ਬਰਗਰ ਖਾ ਰਹੇ ਹੋ, ਤਾਂ ਉਹ ਜਿਹੜਾ ਹੈ ਨਾ ਤੁਹਾਡੇ ਅੰਦਰੋਂ ਇਹ ਆਵਾਜ਼ ਨਹੀਂ ਆਏਗੀ ਕਿ ਨਹੀਂ, ਇਹ ਤੇਰੇ ਪਰਮੇਸ਼ੁਰ ਨੂੰ ਪਸੰਦ ਨਹੀਂ ਆ। ਤਾਂ ਇਸੇ ਤਰੀਕੇ ਦੇ ਨਾਲ ਅਗਰ ਤੁਸੀਂ ਕਿਸੇ ਦੇ ਲਾਗੇ ਬੈਠੇ ਹੋ, ਤੁਸੀਂ ਕੀ ਕੰਮ ਕਰ ਰਹੇ ਹੋ, ਤੁਸੀਂ ਉਸ ਵੇਲੇ ਜਦੋਂ ਪੁੱਛੋਗੇ ਤਾਂ ਤੁਹਾਡੇ ਅੰਦਰੋਂ ਆਵਾਜ਼ ਆਏਗੀ ਹਾਂ ਜਾਂ ਨਾ ਦੀ। ਅਗਰ ਤੁਸੀਂ ਆਪਣੀ ਪਤਨੀ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਤੁਰੇ ਫਿਰ ਰਹੇ ਹੋ, ਤਾਂ ਉਸ ਵੇਲੇ ਤੁਸੀਂ ਆਪਣੇ ਆਪ ਨੂੰ ਜਾਂਚੋਗੇ ਕਿ ਇਹ ਮੇਰੇ ਪਰਮੇਸ਼ੁਰ ਨੂੰ ਪਸੰਦ ਆ, ਤਾਂ ਤੁਹਾਡੇ ਅੰਦਰੋਂ ਆਵਾਜ਼ ਆਏਗੀ ਨਹੀਂ। ਪਰ ਜੇ ਤੁਸੀਂ ਆਪਣੀ ਪਤਨੀ ਦੇ ਨਾਲ ਤੁਸੀਂ ਹੋ ਜਾਂ ਆਪਣੇ ਪਤੀ ਦੇ ਨਾਲ ਹੋ, ਤਾਂ ਤੁਹਾਡੇ ਅੰਦਰੋਂ ਆਵਾਜ਼ ਆਏਗੀ ਕਿ ਕੋਈ ਇਸ਼ੂ ਨਹੀਂ ਹੈ, ਤੂੰ ਆਪਣਾ ਟਾਈਮ ਜਿਹੜਾ ਹੈ ਨਾ ਉਹ ਸਪੈਂਡ ਕਰ। ਤਾਂ ਇਸ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਜਾਂਚਦੇ ਰਹਿਣਾ, ਪਾਪ ਤੋਂ ਬਚੇ ਰਹਿਣਾ, ਘੁਮੰਡ ਤੋਂ ਬਚੇ ਰਹਿਣਾ, ਕਿਸੇ ਦਾ ਹਿੱਸਾ ਨਹੀਂ ਮਾਰਨਾ। ਅਗਰ ਤੁਸੀਂ ਕਿਸੇ ਤੋਂ ਕੁਛ ਲਿਆ ਪਰ ਅਜੇ ਤੱਕ ਵਾਪਸ ਨਹੀਂ ਕੀਤਾ, ਤਾਂ ਮੈਂ ਤੁਹਾਨੂੰ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਜਿਹਦੇ ਕੋਲੋਂ ਤੁਸੀਂ ਲਿਆ ਉਹਦਾ ਹਿੱਸਾ ਉਹਨੂੰ ਵਾਪਸ ਕਰੋ। ਇਹ ਨਾ ਹੋਏ ਕਿ ਅਸੀਂ ਕਰਜ਼ਾ ਲੈ ਕੇ ਮਰੀਏ। ਕਰਜ਼ਾ ਲੈ ਕੇ ਮਰੀਏ ਮਤਲਬ ਕਿ ਅਸੀਂ ਕਿਸੇ ਤੋਂ 10,000 ਰੁਪਈਆ ਫੜਿਆ, ਮੇਰੇ ਕੋਲ ਵਾਪਸ ਕਰਨ ਲਈ ਮੰਨ ਲਓ ਹੈਗਾ ਆ ਪਰ ਮੈਂ ਵਾਪਸ ਨਹੀਂ ਕੀਤਾ, ਅਤੇ ਮੈਂ ਇਸ ਸੰਸਾਰ 'ਚੋਂ ਚਲਿਆ ਜਾਵਾਂ, ਉਹ ਕਰਜ਼ਾ ਮੇਰੇ ਸਿਰ 'ਤੇ ਹੀ ਜਾਣਾ ਹੈ। ਅਗਰ ਤੁਹਾਡੇ ਕੋਲ ਹੈ ਤਾਂ ਜੋ ਤੁਸੀਂ ਬੈਸਟ ਕਰ ਸਕਦੇ, ਬਿਹਤਰ ਕਰ ਸਕਦੇ, ਜੋ ਮੋੜ ਸਕਦੇ ਨਾ ਉਹ ਮੋੜ ਦਿਓ। ਵਚਨ 'ਚ ਲਿਖਿਆ ਪਿਆਰ ਦੇ ਬਿਨਾਂ ਕਿਸੇ ਦਾ ਉਧਾਰ ਤੁਹਾਡੇ ਸਿਰ 'ਤੇ ਨਾ ਹੋਵੇ। ਹਾਲੇਲੂਇਆ। ਸੋ ਅੱਜ ਦਾ ਦਿਨ ਬਹੁਤ ਮੁਬਾਰਕ ਆ, ਬਹੁਤ ਮੁਬਾਰਕ ਆ, ਕਿਉਂਕਿ ਅੱਜ ਦਾ ਦਿਨ ਪਰਮੇਸ਼ੁਰ ਨੇ ਬਣਾਇਆ, ਸਾਡੇ ਜੀਣ ਦੇ ਲਈ ਬਣਾਇਆ, ਬਹੁਤ ਸਾਰੇ ਨਵੇਂ ਕੰਮ ਕਰਨ ਦੇ ਲਈ ਬਣਾਇਆ। ਅੱਜ ਦੇ ਦਿਨ ਨੂੰ ਪਲੈਨ ਕਰੋ ਕਿ ਅੱਜ ਮੈਂ ਬੈਸਟ ਕੀ ਕਰਾਂਗਾ, ਨਵਾਂ ਕੀ ਕਰਾਂਗਾ, ਅੱਜ ਮੈਂ ਕਿਹਦੇ ਨਾਲ ਜਾ ਕੇ ਆਪਣੀ ਖੁਸ਼ੀ ਨੂੰ ਸ਼ੇਅਰ ਕਰਾਂਗਾ, ਅੱਜ ਮੈਂ ਆਪਣੇ ਸਿਰ ਤੋਂ ਕਿਹੜਾ ਬੋਝ ਲਾਉਣਾ ਆ। ਤੁਸੀਂ ਤਿਆਰ ਹੋਣਾ ਆ ਕਿ ਮੈਂ ਆਪਣੇ ਸਿਰ ਤੋਂ ਬੋਝ ਲਾਉਣਾ ਆ। ਬੋਝ ਲਿੱਥ ਜੂਗਾ, ਬੋਝ ਕਈ ਵਾਰੀ ਤੁਸੀਂ ਤੁਹਾਡੇ ਅੰਦਰ ਕੋਈ ਗੱਲ ਹੁੰਦੀ ਆ, ਤੁਸੀਂ ਉਹ ਕਿਸੇ ਨਾਲ ਸ਼ੇਅਰ ਕਰਨੀ ਹੁੰਦੀ ਆ, ਉਹ ਵੀ ਇੱਕ ਬੋਝ ਆ। ਤੁਹਾਡੇ ਕੋਲ ਕੁਛ ਦੇਣ ਨੂੰ ਆ, ਤੁਸੀਂ ਉਹ ਨਹੀਂ ਦਿੱਤਾ, ਉਹ ਵੀ ਇੱਕ ਬੋਝ ਆ। ਤਾਂ ਅੱਜ ਉਸ ਬੋਝ ਨੂੰ ਲਾ ਸੁੱਟੋ, ਅੱਜ ਦੇ ਦਿਨ ਨੂੰ ਪਲੈਨ ਕਰੋ, ਆਪਣੇ ਬੱਚਿਆਂ ਦੇ ਨਾਲ ਬੈਠ ਕੇ, ਆਪਣੇ ਹਸਬੈਂਡ ਦੇ ਨਾਲ ਬੈਠ ਕੇ ਪ੍ਰਾਰਥਨਾ ਕਰੋ। ਕੋਸ਼ਿਸ਼ ਕਰਿਆ ਕਰੋ ਸਵੇਰ ਨੂੰ 2 ਜਾਂ 3 ਗੀਤ ਇਕੱਠੇ ਆਪਣੀ ਫੈਮਿਲੀ ਦੇ ਵਿੱਚ ਗਾਇਆ ਕਰੋ, 2-3 ਭਜਨ ਆਪਣੇ ਬੱਚਿਆਂ ਨੂੰ ਨਾਲ ਲੈ ਕੇ, ਆਪਣੇ ਹਸਬੈਂਡ ਨੂੰ ਨਾਲ ਲੈ ਕੇ 2-3 ਭਜਨ ਗਾਇਆ ਕਰੋ, ਔਰ ਫਿਰ ਇੱਕ ਪ੍ਰਾਰਥਨਾ ਕਰਕੇ 5-7 ਮਿੰਟ ਦੀ, ਅਤੇ ਫਿਰ ਆਪਣੇ ਆਪਣੇ ਕੰਮਾਂ ਨੂੰ ਚਲੇ ਜਾਇਆ ਕਰੋ, ਆਪਣੇ ਬੱਚਿਆਂ ਨੂੰ ਫਿਰ ਸਕੂਲ ਨੂੰ ਤੋਰ ਦਿਆ ਕਰੋ। ਤੁਸੀਂ ਦੇਖਿਓ ਤੁਹਾਡੇ ਬੱਚਿਆਂ ਨੂੰ ਵੀ ਖੁਸ਼ੀ ਹੋਊਗੀ, ਸਾਰਾ ਦਿਨ ਉਹ ਖੁਸ਼ ਰਹਿਣਗੇ ਅਤੇ ਤੁਸੀਂ ਵੀ ਸਾਰਾ ਦਿਨ ਖੁਸ਼ ਰਹੋਗੇ। ਇਸੇ ਤਰ੍ਹਾਂ ਰਾਤ ਨੂੰ ਵੀ ਸ਼ੁਕਰਗੁਜ਼ਾਰੀ ਕਰਨ ਲੱਗਿਆ 2-3 ਭਜਨ ਜਿਹੜੇ ਆ ਪਰਮੇਸ਼ੁਰ ਦੇ ਜ਼ਰੂਰ ਗਾਇਆ ਕਰੋ। ਜਦੋਂ ਇਹ ਤੁਹਾਡਾ ਰੂਟੀਨ ਬਣ ਗਿਆ ਨਾ, ਤੁਹਾਡੇ ਬੱਚਿਆਂ ਦਾ ਰੂਟੀਨ ਆਪਣੇ ਆਪ ਹੀ ਬਣ ਜਾਣਾ ਹੈ। ਹਾਲੇਲੂਇਆ। ਸੋ ਪ੍ਰਭੂ ਤੁਹਾਨੂੰ ਬਹੁਤ ਬਲੈਸ ਕਰਨ। ਮੈਂ ਯਕੀਨ ਕਰਦੀ ਹਾਂ ਕਿ ਕੱਲ੍ਹ ਨੂੰ ਅਸੀਂ ਜ਼ਿਆਦਾ ਜਾਣੇ ਲਾਈਵ ਹੋਵਾਂਗੇ, ਔਰ ਵੰਡਰਫੁਲ ਸਰਮਨ, ਵੰਡਰਫੁਲ ਮੈਸੇਜ
परमेश्वर की हजूरी चो लैके मैं थोड़े सामने आवांगी। प्रभु सुख शांति बख्शन, जीवन बख्शन कि कल का दिन सानू मिले, क्योंकि ये परमेश्वर के हाथ में आ, किसी मनुख के हाथ में नहीं है। हालेलुया। सो प्रभु तुहानू बहुत ब्लैस करन। आओ असी प्रार्थना करांगे। थैंक यू जीसस। हालेलुया हालेलुया। सर्वशक्तिमान सेनावां दे यहोवा परमेश्वर, प्यारे प्रभु जी, असीं तुहाडा धन्नवाद करदे हां, थोड़ी वड्याई करदे मेरे खुदावन खुदा जी। अज दे दिन लई असीं बहुत शुक्रगुजार हां मेरे पिता परमेश्वर। असीं यकीन करदे हां मेरे पिता परमेश्वर, अज दा दिन साडे लई नवीं रोशनी लैके आया, नवीं उम्मीद की रोशनी मेरे प्रभु, नवीं उमंग की रोशनी मेरे खुदा। यह नवीं गवाही वाली रोशनी है मेरे खुदावन खुदा जी। ये साडे जीवन के हनेरे नूं दूर करन वाली रोशनी है। ये सिर्फ जिस्मानी ते संसारक रोशनी नहीं है। असीं यकीन करदे कि अज दा दिन साडे अंदर सुकून वाली रोशनी नूं लैके आया है। अज दा दिन साडे जीवन दे विच आत्मक चानण नूं लैके आया, वो चानण जो येसु मसीह है, जो जगत दा चानण है, वह मेरे हिरदे विच वसदा है। तो परमेश्वर दा आत्मा हुण मेरे अंदर वसदा, मेरे नाल नाल रहिंदा, मेरे नाल गल्लां करदा है। तो जदों परमेश्वर दा आत्मा मेरे नाल रहिंदा है, तो मैं होर मजबूत हुंदा जांदा है, मैं होर जोर पाउंदा है, मेरी समझ वध रही है, मैं ज्ञान विच वध रहा है, मैं चंगे काम करन विच वध रहा है, क्योंकि परमेश्वर दा आत्मा जो मेरे अंदर है, हुण मेरे अगे कोई काम रोक नहीं सकदा। हुण कोई भी संसार की ताकत, कोई शैतान की ताकत हुण मैनू चंगा काम करन तो रोक नहीं सकती। हुण कोई संसार की ताकत, शैतान की ताकत मैनू अगे वधन तो रोक नहीं सकती। मैं नवीं बुलंदियों नू छू रहा है। प्रभु मैं धन्यवाद करदा, तुसी मैनू बल दिता है, मैं नवीं बुलंदियों नू छू रहा है। मेरी प्रमोशन हो रही है, मेरी स्पिरिचुअल ग्रोथ हो रही है। प्रभु मैं तुहाडा धन्यवाद करदा हाँ। मैं वचन पढ़न दे विच ते समझण विच सफल हो रहा है। मेरी प्रार्थना का समा वध रहा है। मेरे जीवन दे विच चंगियाईयां वध रही हैं, बुरियाईयां खत्म हो रही हैं। प्रभु तुसी मैनू पॉजिटिव माइंड दिता है, तुसी मैनू पॉजिटिव थॉट्स दिते है, मैनू प्रभु चंगा मन दिता है, चंगियां सोचां दित्तियां है मेरे प्रभु, चंगी समझ बख्शी मेरे खुदा। तुसी मेरे अंदरों हर बुराई नू दूर कर दिता मेरे प्रभु, हर जैलस नू तुसी मेरे अंदरों दूर किया मेरे प्रभु जी, हर नफरत नू तुसी मेरे अंदरों दूर किया मेरे खुदावन खुदा, झूठ नू तुसी मेरे अंदरों कढ दिता मेरे प्रभु। मैं धन्यवाद करदा हाँ, हुण मेरे अंदर झूठ नहीं पर सदा लई सच दा वास हो चुकिया है। मैं सच्चाई उत्ते चलदा हाँ, सच्चाई मैनू आज़ाद करदी है। मेरे बच्चे यहोवा परमेश्वर दे वल्लों सिखे हुए है, उन्हां दी शांति बहुत ही है। मैं ते मेरा परिवार परमेश्वर दे पुत्र प्रभु यसु जी दे लहू दे नाल मुल खरीदे हुए हैं। पवित्र आत्मा साडी अगवाई करदा है, परमेश्वर दा हथ सानू संभालदा है, परमेश्वर दी अख साडे उत्ते लगी हुई है। ओ मेरे प्रभु असीं तुहाडा धन्नवाद करदे हां, तुसीं साडी रसोई उत्ते बरकत दित्ती मेरे खुदा। प्रभु तुसीं साडी बिजनेस नू ब्लैस किया मेरे खुदावन खुदा, तुसीं साडी जमीन नू ब्लैस किया मेरे प्रभु, तुसी साडे माल डंगर नू ब्लैस किया मेरे खुदावन खुदा। स्वर्गी दूतां दीआं वाड़ां साडे घर दे दुआले लग चुकियां हैं, साडे राहां विच स्वर्गदूत निगहबानी करदे आ। प्रभु तुसी अज सानू हर दुर्घटना तो बचा के रखिया, हर एक्सीडेंट नू असी कैंसल करदे साडे ते साडे परिवार दे विच्चों, हरेक बुरी खबर नू असी कैंसल करदे प्रभु यसु मसीह जी दे नाम च। धन्नवाद खुदा, अज खुशी दीआं खबरां साडे परिवार वल आ रहीआं हैं प्रभु। धन्नवाद करते हैं कि चंगियां गल्लां, चंगियां खबरां सुनने के इंतजार साडे जीवन चों खत्म हो चुके हैं प्रभु। असीं तुहाडा धन्नवाद करते हैं कि तुसीं साडे लई बहुत बेस्ट सारियां चीज़ां नूं प्लैन कर दिता है, बेस्ट प्लैनिंग्स साडे जीवन च पूरियां हो रही हैं। हुण साडियां प्लैनिंग्स परमेश्वर दे वल्लों हुंदियां आ, असीं जो भी प्लैन करते हैं पाक रूह की अगवाई दे नाल करते हैं। प्रभु तुसीं सानूं हसबेंड वाइफ नूं आपस में बहुत प्रेम बख्शिया, असीं तुहाडा धन्नवाद करदे खुदा जी। सानू ते साडे बच्चियां नू, साडे भैणां भरावां नू तुसीं बहुत प्रेम बख्शिया, असीं तुहाडा धन्नवाद करदे हां मेरे खुदा। साडा प्रेम आप जी दे नाल वध रिहा है, ओ मेरे खुदा तुसीं सानू आत्मिक बना रहे हैं, असीं धन्नवाद करदे हां। हर शैतान दी शक्ति दे लाए हुए बंधनां नू तोड़न दे लई धन्नवाद प्रभु, हर सराप नू तोड़न दे लई धन्नवाद मेरे खुदा, हर जादू टोने दी शक्ति चो सानू नजात बख्शन दे लई धन्नवाद। जो साडे विरुद्ध बोलिया गया
ਉਹਨੂੰ ਅਸੀਂ ਨਕੰਮਾ ਠਹਿਰਾਉਂਦੇ ਹਾਂ, ਉਹਦੀ ਸਾਰੀ ਪਾਵਰ ਨੂੰ, ਸਾਰੀ ਐਨਰਜੀ ਨੂੰ ਅਸੀਂ ਕੈਂਸਲ ਕਰਦੇ ਹਾਂ। ਪ੍ਰਭੂ ਤੁਸੀਂ ਸਾਡੇ ਅੰਦਰ ਪੋਜ਼ਿਟਿਵ ਐਨਰਜੀ ਨੂੰ ਵਧਾਇਆ ਆ, ਅਸੀਂ ਜਿੱਧਰ ਨੂੰ ਵੀ ਜਾਂਦੇ ਹਾਂ ਪੋਜ਼ਿਟਿਵ ਐਨਰਜੀ ਫਲੋ ਕਰਦੀ ਹੈ, ਅਸੀਂ ਅੱਗੇ ਵੱਧਦੇ ਜਾਂਦੇ ਹਾਂ, ਪਿੱਛੇ ਨੂੰ ਖਿੱਚਣ ਵਾਲੀਆਂ ਸਾਰੀਆਂ ਡੋਰਾਂ ਟੁੱਟ ਚੁੱਕੀਆਂ ਆ, ਅਸੀਂ ਅੱਗੇ ਨੂੰ ਵੱਧਦੇ ਹਾਂ ਨਵੀਆਂ ਬਰਕਤਾਂ ਨੂੰ ਲੈਣ ਦੇ ਲਈ। ਹੁਣ ਗਰੀਬੀ ਦਾ ਬੰਧਨ ਸਾਡੇ ਉੱਤੇ ਹੋਰ ਨਹੀਂ ਆ, ਹੁਣ ਕਰਜ਼ੇ ਦਾ ਬੰਧਨ ਸਾਡੇ ਉੱਤੇ ਹੋਰ ਨਹੀਂ ਆ, ਹੁਣ ਬਿਮਾਰੀ ਦਾ ਬੰਧਨ ਸਾਡੇ ਉੱਤੇ ਹੋਰ ਨਹੀਂ ਆ, ਦੁਸ਼ਟ ਦਾ ਲਾਇਆ ਕੋਈ ਬੰਧਨ ਸਾਡੇ ਉੱਤੇ ਹੋਰ ਨਹੀਂ ਆ, ਪਰ ਅਸੀਂ ਸ਼ਿਫਾ ਪਾ ਚੁੱਕੇ ਹਾਂ, ਅਸੀਂ ਚੰਗੇ ਹੋ ਚੁੱਕੇ ਹਾਂ, ਅਸੀਂ ਬਰਕਤ ਪਾਏ ਹੋਏ ਲੋਕ ਹਾਂ। ਪ੍ਰਭੂ ਤੁਸੀਂ ਸਾਡੇ ਜੀਵਨ 'ਚ ਇੱਕ ਨਵੀਂ ਗਵਾਹੀ ਨੂੰ ਬਣਾ ਦਿੱਤਾ, ਧੰਨਵਾਦ ਮੇਰੇ ਪ੍ਰਭੂ, ਦਿਲ ਦੀਆਂ ਦਰਦਾਂ ਨੂੰ ਖਤਮ ਕਰਨ ਲਈ ਧੰਨਵਾਦ ਮੇਰੇ ਖੁਦਾ ਜੀ, ਮੇਰੇ ਪ੍ਰਭੂ ਸਾਡੇ ਬੋਝ ਚੱਕਣ ਦੇ ਲਈ ਧੰਨਵਾਦ ਮੇਰੇ ਪ੍ਰਭੂ, ਸਾਰੇ ਗਮਾਂ ਤੋਂ ਸਾਨੂੰ ਆਜ਼ਾਦ ਕਰਨ ਲਈ ਧੰਨਵਾਦ ਪ੍ਰਭੂ, ਸਾਰੀ ਚਿੰਤਾ ਨੂੰ ਦੂਰ ਕਰਨ ਲਈ ਧੰਨਵਾਦ ਮੇਰੇ ਪ੍ਰਭੂ, ਬੇਰੋਜ਼ਗਾਰੀ ਦੂਰ ਕਰਨ ਲਈ ਧੰਨਵਾਦ, ਨਿਊ ਜੋਬਸ ਦੇ ਨਾਲ ਬਲੈਸ ਕਰਨ ਦੇ ਲਈ ਧੰਨਵਾਦ ਮੇਰੇ ਪਿਤਾ ਪਰਮੇਸ਼ਵਰ, ਸਾਡੇ ਲਈ ਨਿਊ ਡੋਰਸ ਨੂੰ ਓਪਨ ਕਰਨ ਦੇ ਲਈ ਧੰਨਵਾਦ ਮੇਰੇ ਖੁਦਾਵੰਦ ਖੁਦਾ, ਉਹ ਡੋਰਸ ਜਿਨ੍ਹਾਂ ਰਾਹੀਂ ਸਾਡੇ ਵੱਲ ਨੂੰ ਬਲੈਸਿੰਗਸ ਆਉਂਦੀਆਂ ਆ, ਅਸੀਂ ਉਹਨਾਂ ਡੋਰਸ ਨੂੰ ਓਪਨ ਕਰਦੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ, ਉਹ ਡੋਰਸ ਜਿਹੜੇ ਸਾਡੀ ਚੋਰੀ ਲਈ ਖੁੱਲ੍ਹੇ ਹੋਏ ਆ, ਅੱਜ ਅਸੀਂ ਉਹਨਾਂ ਡੋਰਸ ਨੂੰ ਬੰਦ ਕਰ ਦਿੰਦੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਖੁਦਾ ਅਸੀਂ ਧੰਨਵਾਦ ਕਰਦੇ, ਥੋੜ੍ਹੀ ਵਡਿਆਈ ਕਰਦੇ, ਤੁਸੀਂ ਸਾਨੂੰ ਵੈਰੀ ਦੀ ਸ਼ਕਤੀ ਦੇ ਉੱਤੇ ਅਧਿਕਾਰ ਦਿੱਤਾ ਅਤੇ ਉਹ ਸਾਡਾ ਕੁਛ ਨਾਸ਼ ਨਹੀਂ ਕਰ ਸਕਦਾ, ਯਹੋਵਾ ਮੇਰਾ ਯਾਲੀ ਆ, ਮੈਨੂੰ ਕਿਸੇ ਚੰਗੀ ਚੀਜ਼ ਦੀ ਥੋੜ੍ਹ ਨਹੀਂ ਹੋਊਗੀ, ਸੱਚਮੁੱਚ ਮੇਰੇ ਪ੍ਰਭੂ ਤੁਸੀਂ ਯਹੋਵਾ ਯੀਰੇ ਆ, ਸਾਡੀ ਸਪਲਾਈ ਤੁਹਾਡੇ ਤੋਂ ਆ ਮੇਰੇ ਪ੍ਰਭੂ, ਔਰ ਸੱਚਮੁੱਚ ਤੁਸੀਂ ਕਿਸੇ ਚੰਗੀ ਚੀਜ਼ ਦੀ ਸਾਨੂੰ ਥੋੜ੍ਹ ਨਹੀਂ ਆਉਣ ਦਿੰਦੇ ਮੇਰੇ ਖੁਦਾ, ਸਭ ਮੁਹੱਈਆ ਕੀਤਾ ਮੇਰੇ ਪਿਤਾ ਪਰਮੇਸ਼ਵਰ, ਸਾਡੇ ਬੱਚਿਆਂ ਦੇ ਬੋਝ ਚੱਕਣ ਲਈ, ਸਾਡੇ ਬੱਚਿਆਂ ਦੇ ਸਾਰੇ ਐਕਸਪੈਂਸ ਪੂਰੇ ਕਰਨ ਲਈ ਧੰਨਵਾਦ ਮੇਰੇ ਪਿਤਾ ਪਰਮੇਸ਼ਵਰ, ਸਾਡੀਆਂ ਅਤੇ ਸਾਡੇ ਬੱਚਿਆਂ ਦੀਆਂ ਰੀਝਾਂ ਨੂੰ ਪੂਰੀਆਂ ਕਰਨ ਦੇ ਲਈ ਧੰਨਵਾਦ ਮੇਰੇ ਪਿਤਾ ਪਰਮੇਸ਼ਵਰ, ਸਾਡੇ ਮਨੋਰਥਾਂ ਨੂੰ ਪੂਰੀਆਂ ਕਰਨ ਦੇ ਲਈ ਧੰਨਵਾਦ ਪ੍ਰਭੂ, ਅਸੀਂ ਆਪਣੇ ਰਾਹਾਂ ਨੂੰ ਤੁਹਾਡੇ ਗੋਚਰਾ ਕਰਦੇ ਹਾਂ ਪ੍ਰਭੂ, ਸਾਡੇ ਮਨੋਰਥ ਸਦਾ ਤੁਹਾਡੇ ਤੋਂ ਪੂਰੇ ਹੋਣ ਮੇਰੇ ਪ੍ਰਭੂ, ਤੁਸੀਂ ਸਾਡੀ ਲੜਾਈ ਲੜਦੇ ਹਾਂ ਮੇਰੇ ਖੁਦਾਵੰਦ ਖੁਦਾ, ਔਰ ਉਸ ਲੜਾਈ 'ਚ ਸਾਨੂੰ ਫਤਿਹਮੰਦ ਕਰਦੇ ਹਾਂ ਮੇਰੇ ਖੁਦਾਵੰਦ ਖੁਦਾ ਜੀ, ਪ੍ਰਭੂ ਸਾਡਾ ਬਲ ਬਣਨ ਦੇ ਲਈ, ਸਾਡਾ ਜ਼ੋਰ ਬਣਨ ਲਈ, ਸਾਡੀ ਢਾਲ ਬਣਨ ਲਈ, ਸਾਡੀ ਚਟਾਨ ਬਣਨ ਲਈ ਧੰਨਵਾਦ ਮੇਰੇ ਪ੍ਰਭੂ ਜੀ, ਪ੍ਰਭੂ ਯਹੋਵਾ ਦਾ ਨਾਮ ਪੱਕਾ ਬੁਰਜ ਆ, ਧਰਮੀ ਭੱਜ ਕੇ ਉਹਦੇ ਵਿੱਚ ਵੜਦਾ ਅਤੇ ਬਚਾਇਆ ਜਾਂਦਾ ਆ, ਮੈਂ ਯਹੋਵਾ ਨਾਮੀ ਬੁਰਜ ਦੇ ਵਿੱਚ ਆਪਣੇ ਪਰਿਵਾਰ ਸਮੇਤ ਆਉਂਦਾ ਹਾਂ ਅਤੇ ਬਚਾਇਆ ਜਾਂਦਾ ਹਾਂ, ਔਰ ਖੁਦਾ ਦੀ ਕਿਰਪਾ ਸਦਾ ਮੇਰੇ ਉੱਤੇ ਹੁੰਦੀ ਆ, ਮੇਰੇ ਘਰਾਣੇ ਉੱਤੇ ਹੁੰਦੀ ਆ, ਹੁਣ ਮੈਂ ਅਤੇ ਮੇਰਾ ਘਰਾਣਾ ਅਸੀਂ ਪਰਮੇਸ਼ਵਰ ਦੀ ਮਹਿਮਾ ਕਰਦੇ ਹਾਂ, ਅਸੀਂ ਪਰਮੇਸ਼ਵਰ ਦੇ ਘਰ ਦੀ ਸੇਵਾ ਕਰਦੇ ਹਾਂ, ਸਾਡਾ ਕਟੋਰਾ ਭਰਿਆ ਹੋਇਆ ਆ, ਉੱਛਲਦਾ ਆ, ਧੰਨਵਾਦ ਕਰਦੇ ਹਾਂ, ਅਸੀਂ ਪਰਮੇਸ਼ਵਰ ਦੇ ਘਰ ਵਿੱਚ ਵੱਸਦੇ ਹਾਂ ਅਤੇ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਵਿੱਚ ਰਹਿੰਦੇ ਹਾਂ, ਹੋ ਪ੍ਰਭੂ ਤੁਹਾਡਾ ਧੰਨਵਾਦ, ਆਤਮਕ੍ਰਿਤੀ ਦੇ ਨਾਲ ਸਾਨੂੰ ਵਧਾਉਣ ਲਈ ਧੰਨਵਾਦ, ਸੰਸਾਰ ਦੇ ਵਿੱਚ ਪ੍ਰਭੂ ਸਾਨੂੰ ਮਹਿਮਾ ਦਿਵਾਉਣ ਦੇ ਲਈ ਧੰਨਵਾਦ ਮੇਰੇ ਪ੍ਰਭੂ ਜੀ, ਉਹ ਮੇਰੇ ਪਿਆਰੇ ਪ੍ਰਭੂ ਸਾਡੀ ਰੂਹ ਜਿਸਮ ਜਾਨ ਉੱਤੇ ਕਬਜ਼ਾ ਕਰੋ, ਸਾਡੀਆਂ ਸੋਚਾਂ ਵਿਚਾਰਾਂ ਦਿਲ ਦੀਆਂ ਖਿਆਲਾਂ ਉੱਤੇ ਕਬਜ਼ਾ ਕਰੋ ਪ੍ਰਭੂ, ਸਾਡੇ ਲਹੂ ਮਾਸ ਅਤੇ ਹੱਡੀਆਂ ਉੱਤੇ ਕਬਜ਼ਾ ਕਰੋ, ਔਰ ਉੱਦਾਂ ਸਾਨੂੰ ਇਸਤੇਮਾਲ ਕਰੋ ਜਿੱਦਾਂ ਤੁਸੀਂ ਚਾਹੁੰਦੇ ਹੋ, ਖੁਦਾਵੰਦ ਖੁਦਾ ਸਾਨੂੰ ਬਲੈਸ ਕਰੋ, ਸਾਡੇ ਅੰਗ ਸੰਗ ਹੋਵੋ, ਸਾਡੀ ਦੁਆ ਨੂੰ ਸੁਣੋ ਮੇਰੇ ਖੁਦਾ, ਇਹ ਪ੍ਰਾਰਥਨਾ ਸੀ ਸੈਨਾਵਾਂ ਦੇ ਯਹੋਵਾ ਪਰਮੇਸ਼ਵਰ ਜੀ ਦੇ ਕੋਲੋਂ ਸਤਿਗੁਰ ਪ੍ਰਭੂ ਯਿਸੂ ਮਸੀਹ ਜੀ ਦੇ ਜ਼ਿੰਦਾ ਨਾਮ 'ਚ ਮੰਗਦੇ ਹਾਂ, ਆਮੇਨ ਆਮੇਨ, ਹਾਲੇਲੂਇਆ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਹਾਲੇਲੂਇਆ, ਪ੍ਰੇਜ਼ ਗਾਡ, ਪ੍ਰਭੂ ਦੀ ਵਡਿਆਈ ਹੋਵੇ। ਸੋ ਇਹ ਸ਼ੁੱਕਰਵਾਰ ਨਾਈਟ ਪ੍ਰੇਅਰ ਸ਼ੁਰੂ ਹੋ ਰਹੀ ਆ, 8 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ, ਅਤੇ ਤੁਸੀਂ ਖੋਜੇਵਾਲ ਚਰਚ ਦੇ ਵਿੱਚ ਆਣ ਕੇ ਸਟੇਅ ਕਰ ਸਕਦੇ ਹਾਂ, ਤੁਸੀਂ ਇਸ ਰਾਤ ਵਾਲੀ ਪ੍ਰਾਰਥਨਾ 'ਚ ਹਿੱਸਾ ਲੈ ਸਕਦੇ ਹਾਂ, ਆਪਣੀ ਤੁਹਾਡੀ ਜਿਹੜੀ ਸਪਿਰਚੁਅਲ ਪਹਿਚਾਣ ਆ, ਤੁਹਾਡੀ ਇੱਕ ਆਤਮਕ ਪਹਿਚਾਣ ਆ, ਤੁਸੀਂ ਉਸ ਤੋਂ ਜਾਣੂ ਹੋ ਸਕਦੇ ਹਾਂ, ਤੁਸੀਂ ਸਪਿਰਚੁਅਲ ਗਰੋਥ ਦੇ ਵਿੱਚ ਜ਼ਰੂਰ ਵਧੋਗੇ, ਤੁਹਾਡੀ ਸਪਿਰਚੁਅਲ ਗਰੋਥ ਹੋਏਗੀ, ਆਤਮਕ ਵਧੋਗੇ ਤੁਸੀਂ ਆਤਮਕ ਰੀਤੀ ਦੇ ਨਾਲ, ਔਰ ਬਹੁਤ ਬੰਦਨਾਂ ਤੋਂ ਵੀ ਤੁਸੀਂ ਨਜ਼ਾਤ ਪਾਓਗੇ, ਇੱਕ ਨਵੇਂ ਤਰੀਕੇ ਦੇ ਨਾਲ ਤੁਸੀਂ ਪ੍ਰਾਰਥਨਾ ਕਰਨੀ ਜਾਣੋਗੇ, ਔਰ ਇੱਕ ਅਦਭੁਤ ਰੀਤੀ ਦੇ ਨਾਲ ਤੁਸੀਂ ਪਰਮੇਸ਼ਵਰ ਦੀ ਮਹਿਮਾ ਕਰੋਗੇ। ਹਾਲੇਲੂਇਆ, ਪ੍ਰਭੂ ਤੁਹਾਨੂੰ ਬਹੁਤ ਬਲੈਸ ਕਰਨ, ਮੈਂ ਤੁਹਾਡੀਆਂ ਟੈਸਟੀਮਨੀ ਸੁਣਨ ਦੇ ਇੰਤਜ਼ਾਰ ਦੇ ਵਿੱਚ ਰਹਾਂਗੀ, ਪ੍ਰਭੂ ਤੁਹਾਡੇ ਅੰਗ ਸੰਗ ਹੋਣ, ਅੱਜ ਦਾ ਦਿਨ ਮੁਬਾਰਕ ਹੋਏ, ਜੈਮਸੀ ਦੀ, ਗੋਡ ਬਲੈਸ ਯੂ।